ਚਾਲੀ ਸਿੰਘ ਚਮਕੌਰ ਦੀ ਗੜੀ ਅੰਦਰ ਜਦੋਂ ਨਾਲ ਜਰਵਾਣਿਆ ਘਿਰੇ ਹੋਏ ਸੀ ਤੇ ਕਾਂ ਵਿੱਚ ਮੈਦਾਨ ਦੇ ਵੱਜੀਆਂ ਸੀ ਅਰਛੇ ਛਾਤੀਆਂ ਵੇਚਦੀ ਫਿਰੇ ਹੋਏ ਸੀ ਬਿਜਲੀ ਚੱਕਦੀ ਵੇਖ ਅਜੀਤ ਸਿੰਘ ਦੀ ਬੱਦਲ ਰੁੱਖ ਬਰਸਾਤ ਦਾ ਕਰ ਰਹੇ ਸਿੱਖੀ ਦੇ ਵਿੱਚ ਜੋ ਸ਼ਹੀਦੀ ਦਾ ਕੰਸੈਪਟ ਹੈ ਉਹ ਕੰਸੈਪਟ ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਸ਼ੁਰੂ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਉਦਾਸੀ ਦੇ ਦੌਰਾਨ 1515 ਦੇ ਵਿੱਚ ਚੌਥੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਪਾਤਸ਼ਾਹ ਜਦੋਂ ਮੱਕੇ ਮਦੀਨੇ ਵਾਲੇ ਪਾਸੇ ਗਏ ਨੇ, ਕਾਬੇ 'ਚ ਉਹਨਾਂ ਦੀ ਡਿਬੇਟ ਹੋਈ ਹੈ ਭਾਈ ਰੁਕਮੁਦੀਨ ਨਾਲ, ਜੋ ਕਿ ਹੈੱਡ ਕਾਜ਼ੀ ਨੇ ਆਪਣੇ ਮੱਕੇ ਮਦੀਨੇ ਦੇ ਔਰ ਕਾਬੇ ਦੇ, ਔਰ ਉਹਨਾਂ ਨੇ ਫਿਰ ਗੁਰੂ ਨਾਨਕ ਸਾਹਿਬ ਦੇ ਨਾਲ ਡਿਬੇਟ ਹੋਣ ਤੋਂ ਬਾਅਦ ਉਹ ਆਪਣਾ ਸਿੱਖ ਫੇਤ ਦੇ ਵਿੱਚ ਆ ਗਏ, ਔਰ ਸਿੱਖ ਫੇਤ ਦੇ ਵਿੱਚ ਆਉਣ ਤੋਂ ਬਾਅਦ ਤਕਰੀਬਨ ਗੁਰੂ ਨਾਨਕ ਪਾਤਸ਼ਾਹ ਉੱਥੇ 5.5 ਮਹੀਨੇ ਰਹੇ, ਜੋ ਇਤਿਹਾਸਿਕ ਸਰੋਤ ਦੱਸਦੇ ਨੇ। ਔਰ ਗੁਰੂ ਨਾਨਕ ਪਾਤਸ਼ਾਹ ਬਾਅਦ ਦੇ ਵਿੱਚ ਇਜਿਪਟ ਔਰ ਜੈਰੂਸਲਮ ਔਰ ਯੂਰਪ ਔਰ ਫਿਰ ਬਾਅਦ ਦੇ ਵਿੱਚ ਲੈਂਡ ਰੂਟ ਦੇ ਰਸਤੇ ਬਗਦਾਦ ਪਹੁੰਚ ਕੇ ਔਰ ਫਿਰ ਆਪਣਾ ਭਾਰਤ ਦੀ ਧਰਤੀ 'ਤੇ ਵਾਪਸ ਪਹੁੰਚ ਗਏ ਨੇ। ਅਤੇ ਜਿਹੜੇ ਭਾਈ ਰੁਕਮੁਦੀਨ ਜੋ ਸਿੱਖ ਬਣ ਗਏ ਸੀਗੇ ਕਾਬੇ ਦੇ ਹੈੱਡ ਕਾਜ਼ੀ, ਹੁਣ ਹੈੱਡ ਕਾਜ਼ੀ ਕਾਬੇ ਦੇ ਸਿੱਖ ਬਣਨ ਤੋਂ ਬਾਅਦ ਤਾਂ ਪੂਰੇ ਮੁਸਲਿਮ ਜਗਤ ਦੇ ਵਿੱਚ ਹਲਚਲ ਮੱਚ ਗਈ ਵੀ ਜੋ ਮੁਖੀ ਹੈ, ਧਾਰਮਿਕ ਮੁਖੀ ਹੈ, ਉਹ ਸਿੱਖ ਹੋ ਗਿਆ ਅਤੇ ਉਹਨਾਂ ਦੇ ਜਿਹੜੀਆਂ ਜੜ੍ਹਾਂ ਸੀਗੀਆਂ ਉਹ ਮੁਸਲਿਮ ਧਰਮ ਦੀਆਂ ਹਿੱਲ ਗਈਆਂ। ਅਤੇ ਉੱਥੇ ਅਮੀਰਾਂ ਨੇ ਫਿਰ ਰੁਕਮੁਦੀਨ ਨੂੰ ਘੇਰ ਲਿਆ, ਭਾਈ ਰੁਕਮੁਦੀਨ ਨੂੰ, ਅਤੇ 7 ਸਜ਼ਾਵਾਂ ਉਹਨਾਂ ਨੂੰ ਸੁਣਾਈਆਂ ਗਈਆਂ ਅਮੀਰਾਂ ਦੁਆਰਾ। ਜਦੋਂ 6ਵੀਂ ਸਜ਼ਾ ਪੂਰੀ ਹੋ ਗਈ, ਇਹ ਤਾਜੁਦੀਨ ਨਕਸ਼ਬੰਦੀ ਦੀ ਡਾਇਰੀ 'ਚ ਲਿਖਿਆ, ਉਹ ਆਈ ਵਿਟਨੈਸ ਹੈ ਸਾਰੇ ਇਸ ਇੰਸੀਡੈਂਟ ਦੇ, ਅਤੇ ਉਹਨਾਂ ਨੂੰ 7 ਸਜ਼ਾਵਾਂ ਸੁਣਾਈਆਂ ਗਈਆਂ। 6ਵੀਂ ਸਜ਼ਾ 'ਚ ਭਾਈ ਰੁਕਮੁਦੀਨ ਨੂੰ ਰੇਤ 'ਚ ਪੁੱਠਾ ਟੰਗਿਆ ਹੁੰਦਾ ਔਰ ਉਹਨਾਂ ਕਹਿੰਦੇ ਵੀ ਤੁਸੀਂ ਆਪਣਾ ਮੁਸਲਮਾਨ ਫੇਤ ਦੇ ਵਿੱਚ ਵਾਪਸ ਆ ਜਾਓ, ਔਰ ਅਮੀਰ ਕਹਿੰਦਾ ਜੀ ਕਿ ਤੁਸੀਂ ਆਪਣਾ ਕਾਗਜ਼ ਅਤੇ ਕਲਮ ਵੀ ਮੰਗਾਈ ਜਾਂਦੀ ਹੈ ਕਿ ਇਹਨਾਂ ਤੋਂ ਲਿਖਵਾ ਕੇ ਲਓ ਕਿ ਇਹ ਮੁਸਲਮਾਨ ਫੇਤ ਦੇ ਵਿੱਚ ਵਾਪਸ ਆ ਗਏ ਨੇ। ਅਤੇ ਜਦੋਂ ਭਾਈ ਰੁਕਮੁਦੀਨ ਨੂੰ ਬਾਹਰ ਕੱਢਿਆ ਜਾਂਦਾ ਰੇਤ 'ਚੋਂ, ਪੁੱਠਾ ਟੰਗਿਆ ਹੁੰਦਾ, ਅਤੇ ਉਹ ਕਹਿੰਦੇ ਵੀ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ। ਉਹ ਕਹਿੰਦੇ ਰੁਬੀਆਨ ਕਿਤਾਬੇ ਇਮਾਮ ਹਜ਼ਰਤ ਨਾਨਕ ਮਮ, ਵੀ ਜੋ ਇਲਾਹੀ ਬਾਣੀ ਗੁਰੂ ਨਾਨਕ ਸਾਹਿਬ ਦੇ ਗਏ ਨੇ ਉਹਦੇ ਨਾਲ ਹੀ ਪਾਠਤਾਰਾ ਹੋਏਗਾ, ਹੁਣ ਮੈਂ ਤਾਂ ਉਸੇ ਰਸਤੇ ਹੀ ਅਕਾਲ ਪੁਰਖ ਉਸ ਖੁਦਾ ਅੱਲਾ ਮੀਆਂ ਕੋਲ, ਮਤਲਬ ਉਹੀ ਰਸਤਾ ਮੈਂ ਫੜਾਂਗਾ ਉਹਨੂੰ ਮਿਲਣ ਦਾ। ਅਤੇ ਫਿਰ ਭਾਈ ਰੁਕਮੁਦੀਨ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਰਾਤ ਦਾ ਪਿਛਲਾ ਪੈਰ ਅੱਤ ਦੇ ਸਿਆਲਾਂ ਵਿੱਚ ਗੁਜ਼ਰ ਰਿਹਾ ਸੀ। ਮਾਤਾ ਗੁਜਰੀ ਜੀ ਤੇ ਗੁਰਾਂ ਦੇ ਨਾਲ ਸਤਲੁਜ ਦੇ ਪੱਤਣਾਂ ਤੇ ਤੁਰੇ ਜਾ ਰਹੇ ਨੇ। ਗੁਰੂ ਦੇ ਮਹਿਲ ਮਾਤਾਵਾਂ ਵੱਖਰੇ ਪੈਂਡਿਆਂ ਤੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ 50 ਸਿੰਘਾਂ ਦੇ ਨਾਲ ਚਮਕੌਰ ਪਹੁੰਚ ਗਏ ਨੇ। ਇੱਥੇ ਉਹਨਾਂ ਦੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨਾਲ ਨੇ, ਪਾਲਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਪੰਜ ਪਿਆਰੇ ਭਾਈ ਮਣੀ ਸਿੰਘ ਦਾ ਇੱਕ ਭਰਾ ਤੇ 3 ਪੁੱਤਰ, ਉਹ ਵੀ ਨਾਲ ਨੇ। ਉਹ ਫਰਿਆਦੀ ਕਸ਼ਮੀਰੀ ਪੰਡਿਤ
ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਆਏ ਸਨ। ਪੰਡਿਤ ਕਿਰਪਾ ਰਾਮ, ਜੋ ਬਾਅਦ ਵਿੱਚ ਗੁਰੂ ਦੇ ਸਿੰਘ ਸੱਜ ਕਿਰਪਾ ਸਿੰਘ ਹੋ ਗਏ, ਉਹ ਵੀ ਨਾਲ ਨੇ। ਮੱਖਣ ਸ਼ਾਹ ਲੁਬਾਣਾ ਦਾ ਪੁੱਤਰ ਭਾਈ ਜਵਾਨ ਸਿੰਘ ਨਾਲ ਨੇ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਵੀ ਨੇ। ਰੇਤ ਦੇ ਟਿੱਬਿਆਂ ਤੇ ਸਰਕੰਡਿਆਂ ਨਾਲ ਘਿਰਿਆ ਚਮਕੌਰ ਨਿੱਕਾ ਜਿਹਾ ਪਿੰਡ ਉਸ ਵੇਲੇ ਸਤਲੁਜ ਦਰਿਆ ਦੇ ਕੰਢੇ ਸੀ। ਪਾਤਸ਼ਾਹ ਦਾ ਇਲਾਕਾ ਵੇਖਿਆ ਹੋਇਆ ਸੀ। ਉਹ ਪਹਿਲਾਂ ਵੀ ਕੁਰਕਸ਼ੇਤਰ ਤੋਂ ਵਾਪਸੀ ਵੇਲੇ ਇੱਥੇ ਆ ਚੁੱਕੇ ਸਨ। ਇੱਥੇ ਪਹੁੰਚ ਉਹਨਾਂ ਯੁੱਧ ਦੀ ਫੌਰੀ ਤਿਆਰੀ ਕੀਤੀ ਅਤੇ ਗੜੀ ਦੀ ਮੰਗ ਕੀਤੀ। ਗੜੀ ਪਿੰਡ ਦੇ ਚੌਧਰੀ ਰਾਏ ਜਗਤ ਸਿੰਘ ਤੇ ਰੂਪਚੰਦ ਦੋ ਰਾਜਪੂਤ ਭਰਾਵਾਂ ਦੀ ਸੀ। ਕੁਝ ਇਤਿਹਾਸਕਾਰ ਇਹਨੂੰ ਬੁੱਧੀ ਚੰਦ ਦੀ ਗੜੀ ਵੀ ਕਹਿੰਦੇ। ਕੌਮ ਦੇ ਸ਼ਹੀਦ ਨਹੀਂ ਉਹ ਕੱਫਣਾਂ ਨੂੰ ਲੋਚਦੇ। ਜਿਹੜਾ ਸ਼ਹੀਦ ਹੁੰਦਾ ਨਾ, ਮਹਾਰਾਜ ਦੇ ਬੋਲ ਨੇ, ਇਹ ਮਹਾਰਾਜ ਦੇ ਬੋਲ ਨੇ ਵੀ ਕੋਈ ਵਤੀਰਾ ਅੱਡ ਨਹੀਂ ਕਰ ਸਕਦੇ ਅਸੀਂ, ਹੈ ਨਾ। ਵੀ ਇਹ ਦੁਨਿਆਵੀ ਨੇ ਜਿਹੜੇ, ਬਾਬਾ ਅਜੀਤ ਸਿੰਘ ਦਾ ਜਨਮ ਪੌਂਟਾ ਸਾਹਿਬ ਹੈ, ਚਾਰ ਸਾਹਿਬਜ਼ਾਦਿਆਂ ਦਾ ਜਨਮ ਅਨੰਦਪੁਰ ਸਾਹਿਬ ਹੁੰਦਾ। ਹੁਣ ਉਹ ਚਾਰਾਂ 'ਚੋਂ ਤਿੰਨ ਬਾਬਾ ਫਤਿਹ ਸਿੰਘ ਜੀ ਨੇ, ਬਾਬਾ ਜੋਰਾਵਰ ਸਿੰਘ ਨੇ ਅਤੇ ਬਾਬਾ ਜੁਝਾਰ ਸਿੰਘ ਨੇ। ਪੰਜਵਾਂ ਸਾਹਿਬਜ਼ਾਦਾ ਮਹਾਰਾਜ ਦਾ ਖਾਲਸਾ ਪੰਥ ਹੈ। ਖਾਲਸਾ ਪੰਥ ਦਾ ਜਨਮ ਅਨੰਦਪੁਰ ਸਾਹਿਬ ਹੁੰਦਾ। ਹੁਣ ਜਿਹੜੇ ਚਾਰ ਸਾਹਿਬਜ਼ਾਦੇ ਨੇ ਉਹ ਦੇਹ ਰੂਪ 'ਚ, ਹੈ ਨਾ, ਉਹ ਦੇਹ ਰੂਪ 'ਚ ਉਹ ਕਿਤੇ ਓਹਲਾ ਕਰ ਗਏ ਨੇ। ਜਿਹੜਾ ਪੰਜਵਾਂ ਸਾਹਿਬਜ਼ਾਦਾ ਮਹਾਰਾਜ ਦਾ ਪੰਜਵਾਂ ਪੁੱਤਰ ਹੈ, ਉਹਨੇ ਓਹਲਾ ਨਹੀਂ ਕਰਨਾ ਕਦੇ। ਉਹ ਅਮਰ ਹੈ, ਇਮੋਰਟਲ ਹੈ, ਉਹ ਸਦਾ ਰਹੂਗਾ, ਸਦੀਵੀ ਰਹੂਗਾ। ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਸ਼ਹੀਦੀਆਂ ਸ਼ਹਾਦਤ ਇਸੇ ਨਾਵੇਂ ਸਿੱਖੀ ਨਾਲ ਅਗੰਮੀ ਮਹਿਕ ਦੀ ਤਰ੍ਹਾਂ ਆਣ ਜੁੜੇ ਨੇ। ਸ਼ਹੀਦੀਆਂ ਦੀ ਦਾਸਤਾਨ ਵੱਡੇ ਜਜ਼ਬਿਆਂ ਦੇ ਸੋਹਲੇ ਨੇ। ਪਾਤਸ਼ਾਹ ਨੇ ਜੋ ਸਿੰਘਾਂ ਨੂੰ ਪੌਲ ਦਿੱਤੀ, ਉਹ ਦੁਨੀਆਂ ਦੀ ਕਿਸੇ ਵੀ ਹਕੂਮਤ ਨੂੰ ਰਾਸ ਆ ਹੀ ਨਹੀਂ ਸਕਦੀ। ਦੁਨੀਆਂ 'ਚ ਲੋਭ ਲਾਲਚ ਵੱਸਦੇ ਨੇ, ਧੱਕੇਸ਼ਾਹੀਆਂ ਅਤੇ ਜੀ ਹਜ਼ੂਰੀਆਂ ਨੇ। ਪਾਤਸ਼ਾਹ ਨੇ ਖਾਲਸਾ ਹੋਵੇ ਖੁਦ ਖੁਦਾ ਦੀ ਤਸ਼ਬੀਹਾਂ ਵੰਡ ਦਿੱਤੀਆਂ ਨੇ। ਭਾਈ ਰਤਨ ਸਿੰਘ ਪੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਜ਼ਿਕਰ ਹੈ, ਖਾਲਸੋ ਹੋਵੇ ਖੁਦ ਖੁਦਾ, ਜਿਮ ਖੂਬੀ ਖੁਬ ਖੁਦਾਏ, ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਕਿ ਖਾਲਸਾ ਅਕਾਲੀ ਹੈ, ਕਾਲ ਤੋਂ ਮੁਕਤ। ਉਸਨੇ ਆਪਣੇ ਸਰੀਰ ਦਾ ਮੋਹ ਤਿਆਗ ਦਿੱਤਾ। ਉਸਦੀ ਚੇਤਨਾ ਵਿੱਚੋਂ ਮੌਤ, ਪਾਪ ਅਤੇ ਮੈਂ ਗਾਇਬ ਹੋ ਚੁੱਕੇ ਨੇ। ਪਾਤਸ਼ਾਹ ਦੇ ਚੋਜ ਨੇ, ਪਰ ਮੁਗਲੀਆ ਹਕੂਮਤ ਲਈ ਤਾਂ ਵਡਭਾਗੀ ਚਿੰਤਾ ਸੀ। ਸੋਲਾਂ ਸੌ ਨੜਿਨਵੇਂ ਦੀ ਵਿਸਾਖੀ ਕੀ ਸੀ ਜੋ ਚਮਕੌਰ ਦੀ ਜੰਗ 'ਚ ਦੁਸ਼ਮਣਾਂ ਨੇ ਵੇਖੀ? ਇਹਦਾ ਬਿਆਨ
ਆਦਿ ਧਰਮ ਸਮਾਜ ਤੋਂ ਦਰਸ਼ਨ ਰਾਵਣ ਕੁਝ ਇੰਜ ਕਰਦੇ ਨੇ। ਜਬ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਏ, ਉਹਨਾਂ ਨੇ ਇਸ ਬਾਤ ਕੋ ਸਮਝਾ, ਮਹਿਸੂਸ ਕੀਆ ਕਿ ਈਸ਼ਵਰ ਨੇ ਹਮ ਸਭ ਕੋ ਏਕ ਬਣਾਇਆ। ਉਹਨਾਂ ਨੇ ਕਿਹਾ ਵੀ ਹਮ ਵੀ ਏਕਸ ਪਿਤਾ ਏਕਸ ਕੇ ਹਮ ਬਾਰਕ, ਔਰ ਕਰਕੇ ਦਿਖਾਇਆ, ਏਕ ਹੀ ਉਹ ਖਾਂਡਾ ਪੋਲਾ ਬਣਾਇਆ, ਔਰ ਉਸ ਏਕ ਮੇਂ ਹੀ ਸਭ ਕੋ ਅੰਮ੍ਰਿਤ ਦੀਆ ਪਾਂਚ ਦਲਿਤੋ ਕੋ, ਔਰ ਪਾਂਚ ਦਲਿਤੋ ਕੇ ਹਾਥ ਸੇ ਖੁਦ ਅੰਮ੍ਰਿਤ ਲਿਆ, ਔਰ ਇਸ ਕਾ ਪ੍ਰਣਾਮ ਕਿਆ ਨਿਕਲ ਕੇ ਆਇਆ। ਪ੍ਰਣਾਮ ਇਹ ਨਿਕਲ ਕੇ ਆਇਆ ਕਿ ਜਬ ਦੁਬਾਰਾ ਸੋਮਨਾਥ ਮੰਦਰ ਪੇ ਹਮਲਾ ਹੁਆ ਤੋ ਉਸਕੇ ਦਰਵਾਜ਼ੇ ਕੋ ਲੂਟ ਕੇ ਲਿਜਾਇਆ ਜਾ ਰਹਾ ਥਾ, ਮਗਰ ਉਨ ਦਲਿਤੋ ਨੇ ਜਿਨਕੇ ਹੱਥ ਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਸਾਹਿਬ ਤਲਵਾਰ ਹਥਿਆਰ ਜਿਨਕੇ ਹੱਥ ਮੇਂ ਦਿਆ ਥਾ, ਔਰ ਕਹਿ ਕੇ ਦਿਆ ਥਾ ਕਿ ਜਬ ਧਰਮ ਪੇ ਇਨਸਾਨੀਅਤ ਕੇ ਉੱਪਰ ਹਮਲਾ ਹੋ ਉਸ ਵਕਤ ਇਹ ਹਥਿਆਰ ਉਠਾਉਣਾ, ਜਬਰ ਕੇ ਖਿਲਾਫ ਜੇ ਹਥਿਆਰ ਉਠਾਉਣਾ। ਚੱਕਦੀ ਗਰੀਬੀ ਐਸੀ ਸ਼ਾਨ ਦਿੱਤੀ ਹੈ, ਚੱਕਦੀ ਗਰੀਬੀ ਐਸੀ ਸ਼ਾਨ ਦਿੱਤੀ ਹੈ, ਸ਼ੂਦਰਾਂ ਦੇ ਹੱਥ ਕਿਰਪਾਨ ਦਿੱਤੀ ਹੈ, ਆਮ ਬੰਦੇ ਖਾਸ ਪਹਿਚਾਣ ਦਿੱਤੀ ਹੈ, ਪਹਿਚਾਣ ਦਿੱਤੀ ਹੈ, ਖਾਲਸਾ ਸਜਾਇਆ ਮੀਰ ਪੀਰ ਪਾਤਸ਼ਾਹ। ਪ੍ਰੋਫੈਸਰ ਪੂਰਨ ਸਿੰਘ ਦਸ਼ਮੇਸ਼ ਪਾਤਸ਼ਾਹ ਬਾਰੇ ਜੋ ਬਿਆਨ ਪਟਨਾ ਸਾਹਿਬ ਵਿਖੇ ਕਰਦੇ ਨੇ, ਉਹ ਚਮਕੌਰ ਦੀ ਜੰਗ 'ਚ ਵਾਪਰੇ ਖਾਲਸੇ ਦੇ ਜਲੌਅ ਵਿੱਚ ਮਹਿਸੂਸ ਹੁੰਦਾ ਹੈ। ਸਵੇਰ ਦੇ ਸੂਰਜ ਦੀ ਸੁਨਹਿਰੀ ਰੌਸ਼ਨੀ ਦਾ ਆਨੰਦ ਮਾਣਦਿਆਂ ਉਹ ਮੈਨੂੰ ਗੰਗਾ ਦੇ ਕੰਢੇ ਬੈਠੇ ਨਜ਼ਰ ਆਉਂਦੇ ਨੇ। ਮਨ ਦੀਆਂ ਧਿਆਨਲੀਨ ਅੱਖਾਂ ਗੋਬਿੰਦ ਨੂੰ ਮਹਿਸੂਸ ਕਰਦੀਆਂ ਨੇ, ਉਹਨਾਂ ਲਈ ਮੁਹੱਬਤ ਮੈਨੂੰ ਉਹਨਾਂ ਦੇ ਹੋਰ ਰੂਪ ਵਿਖਾਉਂਦੀ ਹੈ। ਉਹ ਨਜ਼ਰ ਆਉਂਦੇ ਨੇ ਸੁਨਹਿਰੀ ਤੀਰਾਂ ਨੂੰ ਆਪਣੀ ਕਮਾਨ 'ਤੇ ਖਿੱਚਦੇ ਹੋਏ। ਮਹਿਸੂਸ ਹੁੰਦਾ ਕਿ ਪੂਰੇ ਦਾ ਪੂਰਾ ਪਟਨਾ ਗੋਬਿੰਦ ਹੋ ਗਿਆ, ਔਰ ਰੋਸ਼ਨੀ ਦਾ ਮੁਜੱਸਮਾ ਨੇ ਜਿੱਥੇ ਲੋਕਾਂ ਨੂੰ ਖੁਦਾ ਨਜ਼ਰ ਆਉਂਦਾ। ਆਨੰਦ ਅਤੇ ਖੇੜਾ ਆ ਜਾਂਦਾ ਜਦੋਂ ਮਿਹਰ ਦੀ ਨਜ਼ਰ ਨਾਲ ਵੇਖਦੇ ਨੇ, ਛੂੰਹਦੇ ਨੇ। ਗੜੀ ਦੀਆਂ ਚੌਹਾਂ ਬਾਹੀਆਂ ਨਾਲ ਅੱਠ ਅੱਠ ਸਿੰਘ ਤੈਨਾਤ ਨੇ। ਗੜੀ ਦੇ ਦਰਵਾਜ਼ੇ ਦੀ ਪਹਿਰੇਦਾਰੀ ਭਾਈ ਮਦਨ ਸਿੰਘ ਅਤੇ ਕਾਠਾ ਸਿੰਘ ਨੂੰ ਦਿੱਤੀ ਹੈ। ਰਾਤ ਦਾ ਪਿਛਲਾ ਪਹਿਰ ਜਾ ਰਿਹਾ, ਅੱਠ ਪੋਹ ਦਾ ਸੂਰਜ ਤਵਾਰੀਖ ਦਾ ਸੁਨਹਿਰੀ ਸਫ਼ਾ ਲਿਖਣ ਨੂੰ ਉਤਾਰੂ ਹੈ ਕਿ ਕਿੰਝ ਲੜੇ ਸੀ ਸੂਰਮੇ ਚਮਕੌਰ ਵਿੱਚ। ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਮੁਤਾਬਕ ਪਹਿਲਾ ਜਥਾ ਭਾਈ ਹਿੰਮਤ ਸਿੰਘ ਦਾ 20 ਸਿੰਘਾਂ ਨਾਲ ਗੜੀ ਵਿੱਚੋਂ ਬਾਹਰ ਨਿਕਲਿਆ। ਜਦ ਹਿੰਮਤ ਸਿੰਘ ਜੀ 20 ਕੁ ਸਿੰਘਾਂ ਸਮੇਤ ਸਾਹਮਣੇ ਮੱਥੇ ਲੜ ਕੇ ਬੇਅੰਤ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋ ਗਏ, ਅਰ ਸਾਹਿਬ ਅਜੀਤ ਸਿੰਘ ਜੀ ਨੇ ਗੁਰਾ ਪਿਤਾ ਪਾਸੋਂ
ਆਗਿਆ ਮੰਗੀ ਤਾਂ ਮਹਾਰਾਜ ਜੀ ਨੇ ਬੜੀ ਖੁਸ਼ੀ ਨਾਲ ਪਿੱਠ ਠੋਕ ਕੇ ਆਖਿਆ ਕਿ ਅਕਾਲ ਪੁਰਖ ਤੋਂ ਇਹੋ ਮੰਗਦੇ ਹਨ, ਜਬ ਆਵ ਕੀ ਔਦ ਨਿਦਾਨ ਬੜਾ, ਅਤ ਹੀ ਰਣ ਮੈਂ ਤਬ ਚੂਚ ਮਰੋ। ਬਿਜਲੀ ਚੱਕਦੀ ਵੇਖ ਅਜੀਤ ਸਿੰਘ ਦੀ, ਬੱਦਲ ਰੁੱਖ ਬਰਸਾਤ ਦਾ ਕਰ ਰਹੇ ਸੀ, ਹੈ ਸੀ ਤਾਂ ਜਵਾਨਾਂ ਦੀ ਚੋਈ ਪਾਸੀ, ਅਣਖ ਆਣ ਦੇ ਸੂਰਮੇ ਮਰ ਰਹੇ ਸੀ। ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ 19 ਸਾਲ ਸੀ। ਵੱਡੇ ਵੀਰ ਨੂੰ ਸ਼ਹੀਦੀ ਜਾਮ ਚੱਕਦਿਆਂ ਵੇਖ ਕੇ ਜੁਝਾਰ ਸਿੰਘ ਨੂੰ ਵੀ ਚਾਅ ਚੜ੍ਹ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ 15 ਸਾਲ ਦੇ ਸਨ। ਜ਼ਿਕਰ ਹੈ ਕਿ ਭਾਈ ਸਾਹਿਬ ਸਿੰਘ ਸਮੇਤ 7-8 ਸਿੰਘਾਂ ਨਾਲ ਸਾਹਿਬਜ਼ਾਦਾ ਜੁਝਾਰ ਸਿੰਘ ਮੈਦਾਨ ਵਿੱਚ ਸਨ ਅਤੇ ਸਾਹਮਣੇ ਸੀ ਵਾਡਾਕਾਰੀ ਮੁਗਲੀਆ ਫੌਜ। ਉਸ ਰਾਤ ਜਿਵੇਂ ਮੁਗਲਾਂ ਅਤੇ ਪਠਾਣਾਂ ਨਾਲ ਜੁਝਾਰ ਸਿੰਘ ਜੂਝੇ, ਮੁਗਲਾਂ ਨੂੰ ਵੀ ਭੁਲੇਖੇ ਪੈਂਦੇ ਕਿ ਜੁਝਾਰ ਸਿੰਘ ਲੜ ਰਿਹਾ ਜਾਂ ਅਜੀਤ ਸਿੰਘ ਹੀ ਅਜੇ ਜਿਉਂਦੇ ਨੇ। ਆਪਣੇ ਭਰਾ ਵਾਂਗੂ ਹੀ ਜੁਝਾਰ ਸਿੰਘ ਲੜ ਰਹੇ ਸਨ, ਸਾਹਮਣੇ ਮੁਗਲ ਮੁਕਾਬਲਾ ਕਰ ਰਹੇ ਸਨ। ਦਿਲ ਅੰਦਰ ਖੌਫ ਪਸਰਿਆ ਹੋਇਆ ਸੀ ਕਿਉਂਕਿ ਸਾਹਮਣੇ ਪੁੱਤ ਗੁਰੂ ਗੋਬਿੰਦ ਸਿੰਘ ਦਾ ਸੀ। ਸ਼ਹੀਦੀਆਂ ਦਾ ਗੀਤ ਲਿਖਿਆ ਜਾ ਰਿਹਾ ਸੀ। ਅਸਮਾਨ ਨੂੰ ਚੀਰਦੀ ਕਿਰਪਾਨ ਨੇ ਲਹੂ ਦੀਆਂ ਫੁਹਾਰਾਂ ਚਲਾਉਂਦਿਆਂ ਉਹ ਦੀ ਅੱਤ ਸਰਦੀ ਨੂੰ ਸੌਣ ਦਾ ਮਹੀਨਾ ਚਾੜ ਦਿੱਤਾ ਸੀ। ਕਿਹਾ ਸਦਕੇ ਲਾਲ ਜੁਝਾਰ ਤਾਈ, ਦਸਮ ਪਿਤਾ ਨੇ ਬੜਾ ਪਿਆਰ ਦੇ ਨਾਲ, ਉਧਰ ਵੇਖ ਅਜੀਤ ਦੀ ਤੇਗ ਚੱਲਦੀ, ਕੱਲਾ ਵਾਰ ਕਰਦਾ ਸੌ ਸੌ ਵਾਰ ਦੇ ਨਾਲ, ਲੋਕੀ ਲੈਣਗੇ ਨਾਮ ਜੁਝਾਰ ਸਿੰਘ ਦਾ, ਹੱਥ ਪਾਉਣਗੇ ਜਦੋਂ ਤਲਵਾਰ ਉੱਤੇ, ਸਿਆਂ ਸੋਹਣੀਆਂ ਸੂਰਤਾਂ ਤਰਨਗੀਆਂ, ਵਗਦੀ ਹੋਈ ਤਲਵਾਰ ਦੀ ਧਾਰ ਉੱਤੇ, ਹੁਕਮ ਪੰਥ ਦਾ ਮੰਨ ਕੇ ਖੜੇ ਮੱਥੇ, ਪਾਲਣ ਵਾਸਤੇ ਗੁਰੂ ਦਾ ਤਾਰ ਤੁਰਿਆ, ਲਹੂ ਵੀ ਟਿਆ ਜਿਗਰ ਦੇ ਟੋਟਿਆਂ ਨੇ, ਅੱਖੀ ਵੇਖ ਕੇ ਸ਼ੁਕਰ ਗੁਜ਼ਾਰ ਤੁਰਿਆ। ਸ਼ਹੀਦੀਆਂ ਕੋਈ ਆਮ ਵਰਤਾਰਾ ਨਹੀਂ। ਪੋਹ ਦਾ ਮਹੀਨਾ ਇਸ ਧਰਤੀ 'ਤੇ ਤਪੱਸਵੀ ਬਣ ਜਾਂਦਾ। ਅਣਗਿਣਤ ਸੋਹਲੇ ਅੱਜ ਵੀ ਅਤੇ ਕੱਲ੍ਹ ਵੀ ਲਿਖੇ ਜਾਣਗੇ। ਇਤਿਹਾਸ ਦੀ ਖੁਸ਼ਬੂ ਨਾਲ ਸਿੰਘਾਂ ਦਾ ਚਾਅ ਉੱਗੜ ਪੈਂਦਾ। 1704 'ਚ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਣ, ਚਮਕੌਰ ਦੀ ਜੰਗ ਹੋਵੇ, ਪਰਿਵਾਰ ਵਿਛੋੜਾ ਹੋਵੇ, 1711 ਤੋਂ ਹੁਣ ਤੱਕ ਕਵੀ ਸੈਨਾਪਤ, ਭਾਈ ਦੁਨਾ ਸਿੰਘ ਹਡੂਰੀਆ, ਅਲਾਯਾਰ ਖਾਂ ਜੋਗੀ ਜਿਹੀਆਂ ਸ਼ਖਸੀਅਤਾਂ ਨੇ ਕਲਮਬੱਧ ਕੀਤਾ। ਇਸ ਬਾਰੇ ਸ਼ਹੀਦੀ ਪ੍ਰਸੰਗਾਂ ਨੂੰ ਸੰਪਾਦਿਤ ਕਰਨ ਵਾਲੇ ਜਲੰਧਰ ਤੋਂ ਚੇਤਨ ਸਿੰਘ ਕੁਝ ਇੰਝ ਬਿਆਨ ਕਰਦੇ ਨੇ। ਸਾਹਿਬਜ਼ਾਦਿਆਂ ਬਾਰੇ ਸਭ ਤੋਂ ਪਹਿਲਾ ਜ਼ਿਕਰ ਜਿਹੜਾ ਆ ਉਹ ਕਵੀ ਸੈਨਾਪਤ, ਜਿਹਦਾ ਅਸਲ ਨਾਂ ਚੰਦਰ ਸੈਨ ਸੀ, ਉਸਨੇ ਗੁਰਸੋਭਾ ਗ੍ਰੰਥ ਲਿਖਿਆ ਹੈਗਾ। ਉਹਦੇ ਵਿੱਚ ਪਹਿਲਾਂ ਚਮਕੌਰ ਦੀ ਜੰਗ ਦਾ ਅਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਜ਼ਿਕਰ ਮਿਲਦਾ ਆ। ਉਸ ਤੋਂ ਬਾਅਦ ਜੋ ਦੁਨਾ ਸਿੰਘ ਹੰਡੂਰ ਸੀ, ਜਿਹਨੇ ਮਾਤਾ ਜੀ ਦਾ ਸੰਗ ਕੀਤਾ, ਉਸਨੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪ੍ਰਸੰਗ ਛੋਟੇ ਸਾਹਿਬਜ਼ਾਦਿਆਂ ਦਾ ਪਹਿਲਾਂ ਲਿਖਿਆ। ਉਸ ਤੋਂ ਬਾਅਦ ਫਿਰ ਹਿੰਦੂ, ਸਿੱਖ, ਮੁਸਲਮਾਨ ਅਨੇਕਾਂ ਕਵੀਆਂ ਨੇ ਲਿਖਿਆ ਹੈਗਾ।
ਅਤੇ ਇਹ ਸ਼ਹੀਦੀ ਦਾ ਪ੍ਰਸੰਗ ਜਿਵੇਂ ਸੰਤੋਖ ਸਿੰਘ ਨੇ ਲਿਖਿਆ, ਬਰਕਤ ਸਿੰਘ ਆਨੰਦ ਨੇ ਲਿਖਿਆ, ਨੱਥਾ ਸਿੰਘ ਪੌਰ ਨੇ ਲਿਖਿਆ, ਮੈਥਲੀ ਸ਼ਰਨ ਗੁਪਤ ਨੇ ਲਿਖਿਆ, ਜੋਗੀ ਅੱਲਾ ਯਾਰ ਖਾਂ ਨੇ ਲਿਖਿਆ। ਇੱਕ ਬਹੁਤ ਪੁਰਾਣੇ ਸਮੇਂ 'ਚ ਅਸੀਂ ਸੁਣਦੇ ਹੁੰਦੇ ਸੀ ਚਮਕੌਰ ਸਾਹਿਬ ਵਿੱਚ 1920-22 ਦੇ ਆਸ ਪਾਸ ਮਿਰਜ਼ਾ ਅਬਦੁਲ ਗਨੀ ਹੁੰਦਾ ਸੀ। ਉਸ ਮਿਰਜ਼ਾ ਅਬਦੁਲ ਗਨੀ ਨੇ ਜ਼ੋਹਰੇ ਤੇਗ ਨਾਂ ਦਾ ਇੱਕ ਸ਼ਹੀਦੀ ਪ੍ਰਸੰਗ ਲਿਖਿਆ, ਜਿਹਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਹੈ। ਔਰ ਚਮਕੌਰ ਸਾਹਿਬ ਦੇ ਵਿੱਚ ਇਹ ਮੁਸਲਮਾਨ ਕਵੀ ਜੋਗੀ ਅੱਲਾ ਯਾਰ ਖਾਂ ਅਤੇ ਮਿਰਜ਼ਾ ਅਬਦੁਲ ਗਨੀ ਅਤੇ ਹੋਰ ਲਿਖਾਰੀ ਜਿਹੜੇ ਸੀ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਕਰਦੇ ਸੀ। ਅਤੇ ਉਹ ਤੋਂ ਬਾਅਦ ਹਿੰਦੂ ਕਵੀਆਂ ਨੇ ਵੀ ਲਿਖਿਆ, ਜਿਵੇਂ ਗੋਬਿੰਦ ਦਾਸ ਬਿਲਗਾ ਨੇ ਲਿਖਿਆ ਹੈਗਾ। ਅਤੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ ਇਹਦਾ ਪ੍ਰਭਾਵ ਸਿੱਖ ਮਨਾਂ ਵਿੱਚ ਇੰਨਾ ਡੂੰਘੇਰਾ ਆ ਕਿ ਇਹਨਾਂ ਬਾਰੇ ਸਭ ਤੋਂ ਵੱਧ ਸਾਹਿਤ ਜਿਹੜਾ ਆ ਉਹ ਰਚਿਆ ਗਿਆ ਸ਼ਹੀਦੀਆਂ ਦੇ ਪ੍ਰਸੰਗ ਵਿੱਚ। ਚਮਕੌਰ ਦੀ ਜੰਗ ਨੂੰ ਜਦੋਂ ਅੱਲਾ ਯਾਰ ਖਾਂ ਜੋਗੀ ਗਾਂਝੇ ਸ਼ਹੀਦਾਂ ਕਹਿ ਸੰਬੋਧਿਤ ਹੁੰਦੇ ਹਨ ਤਾਂ ਸਮਝ ਆਉਂਦਾ ਹੈ ਕਿ ਚਮਕੌਰ ਦੀ ਧਰਤੀ ਸ਼ਹੀਦਾਂ ਦੀ ਸੱਥ ਹੈ। ਪੋਹ ਦੀਆਂ ਸ਼ਹੀਦੀਆਂ ਨੂੰ ਜਿੰਨਾ ਕਲਮਬੱਧ ਕੀਤਾ ਉਸ ਅੱਲਾ ਯਾਰ ਖਾਂ ਜੋਗੀ ਦਾ ਜ਼ਿਕਰ ਵੀ ਸਦਾ ਰਹੇਗਾ। ਜੋਗੀ ਅੱਲਾ ਯਾਰ ਖਾਂ ਦਾ ਬਿਰਤਾਂਤ ਇਸ ਕਰਕੇ ਵੀ ਵੱਡਾ ਚੰਗਾ ਤਕੜਾ ਲੱਗਦਾ ਹੈ ਕਿਉਂਕਿ ਉਹਦੇ ਪਿੱਛੇ ਉਹਨੂੰ ਉਹਦਾ ਹਰਜਾਨਾ ਵੀ ਤੁਸੀਂ ਕਹੋ ਭੁਗਤਣਾ ਪਿਆ ਜਾਂ ਉਹਦਾ ਖਮਿਆਜਾ ਵੀ ਭੁਗਤਣਾ ਪਿਆ ਕਿ ਉਹਦੇ ਆਪਦੇ ਕੁਨਬੇ ਨੇ ਹੀ ਉਹਦਾ ਬਾਈਕਾਟ ਕੀਤਾ, ਉਹਨੂੰ ਇੱਕ ਤਰੀਕੇ ਨਾਲ ਛੇਕਿਆ ਉਹਦਾ ਰੋਟੀ ਬੇਟੀ ਦੀ ਸਾਂਝ, ਅਤੇ ਕਿਹਾ ਵੀ ਕਿ ਹੋ ਸਕਦਾ ਤੈਨੂੰ ਪੈਗੰਬਰ ਹੁਣ ਗੱਲ ਨਾਲ ਨਾ ਲਾਉਣ। ਤਾਂ ਜੋਗੀ ਜੀ ਨੇ ਇਹ ਗੱਲ ਕਹੀ ਬਹੁਤ ਸਪੱਸ਼ਟ ਕਿ ਹੋ ਸਕਦਾ ਮੈਂ ਤੁਹਾਡੀ ਗੱਲ ਮੰਨਦਾ ਕਿ ਪੈਗੰਬਰ ਸਾਹਿਬ ਮੈਨੂੰ ਗੱਲ ਨਾਲ ਨਾ ਲਾਉਣ, ਪਰ ਦਸਵੇਂ ਪਾਤਸ਼ਾਹ ਕਲਗੀਧਰ ਜੀ ਮੈਨੂੰ ਜ਼ਰੂਰ ਗੱਲ ਨਾਲ ਲਾਉਣਗੇ। ਸੋ ਉਹਨਾਂ ਦਾ ਜਿਹੜਾ ਬਿਰਤਾਂਤ ਹੈ ਚਮਕੌਰ ਬਾਰੇ ਉਹ ਬਹੁਤ ਕਮਾਲ ਹੈ। ਤੁਸੀਂ ਦੇਖੋ ਕਿੱਡਾ ਕਮਾਲ ਦਾ ਸ਼ੇਅਰ ਹੈ। ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਚਮਕੌਰ ਦੀ ਜੰਗ ਵਿੱਚ ਪਾਲਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਵੀ ਜ਼ਿਕਰ ਆਉਂਦਾ। ਇਸ ਜੰਗ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ੋਰਾਵਰ ਸਿੰਘ ਬਸੀ ਪਠਾਣਾ ਦੇ ਸਨ। ਉਹਨਾਂ ਨੂੰ ਚਮਕੌਰ ਤੋਂ ਕੋਟਾ ਨਿਹੰਗ ਖਾਣ ਅਤੇ ਉੱਥੋਂ ਬੈਲ ਗੱਡੀ ਅਤੇ ਮੰਡੀ ਗੋਬਿੰਦਗੜ੍ਹ ਦੇ ਨੇੜੇ ਪਿੰਡ ਡਡਹੇੜੀ ਵਿਖੇ ਮਾਈ ਪੂਪਾਂ ਦੇ ਪਹੁੰਚਾਇਆ ਗਿਆ, ਜਿੱਥੋਂ ਰਾਜ਼ੀ ਹੋ ਕੇ ਪਾਤਸ਼ਾਹ ਦਸਵੀਂ ਨੂੰ ਦਮਦਮਾ ਸਾਹਿਬ ਮਿਲੇ ਸਨ। ਇੱਥੋਂ ਜ਼ੋਰਾਵਰ ਸਿੰਘ ਵਾਪਸ ਬਸੀ ਆ ਗਏ ਅਤੇ ਫਿਰ ਖਿਜ਼ਰਾਬਾਦ ਰਹੇ। ਖਿਜ਼ਰਾਬਾਦ ਤੋਂ ਜ਼ੋਰਾਵਰ ਸਿੰਘ ਗੁਰੂ ਸਾਹਿਬ ਦੀ ਦੱਖਣ ਫੇਰੀ ਦਾ ਸੁਣ ਆਗਰੇ ਮੁੜ ਆਣ ਗਏ। ਆਗਰੇ ਤੋਂ ਬਾਅਦ ਚਿਤੌੜਗੜ੍ਹ ਰਾਜਸਥਾਨ ਗਏ, ਜਿੱਥੇ ਉਹ ਕਿਲ੍ਹੇ ਨੂੰ ਵੇਖਣ ਵੇਲੇ ਮੁਗਲਾਂ ਨਾਲ ਖਹਿ ਗਏ। ਪਾਲਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਆਪਣੇ ਜੁਝਾਰੂ ਸੁਭਾਅ ਨਾਲ ਇੱਥੇ ਸ਼ਹੀਦੀਆਂ ਪਾ ਗਏ। ਆਮ ਸੰਗਤਾਂ ਇਸ ਗੱਲ ਤੋਂ ਦੁਵਿਧਾ ਵਿੱਚ ਪੈ ਜਾਂਦੀਆਂ ਨੇ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੋਂ ਇਲਾਵਾ ਵੀ ਕੋਈ ਜ਼ੋਰਾਵਰ ਸਿੰਘ ਜੀ ਹੋਏ ਹਨ। ਗੁਰਮੁਖੀ ਸਰੋਤਾਂ ਵਿੱਚ ਦੋ ਗੁਰਸੋਭਾ ਅਤੇ ਗੁਰੂਕੀਆਂ ਸਾਖੀਆਂ ਵਿੱਚ ਵਰਣਨ ਮਿਲਦਾ ਹੈ। ਦੂਸਰੇ ਫਾਰਸੀ ਸਰੋਤ ਹਨ, ਜਿਵੇਂ ਤਾਰੀਖੇ ਮੁਅੱਜ਼ਮ ਸਾਹਿਬ, ਉਸਦੇ ਵਿੱਚ ਵੀ ਜ਼ੋਰਾਵਰ ਸਿੰਘ ਜੀ ਦਾ ਵਰਣਨ ਮਿਲਦਾ ਹੈ, ਜਿਸ ਵਿੱਚ ਉਹਨਾਂ ਨੂੰ ਪਿਸਰੇ ਗੁਰੂ ਗੋਬਿੰਦ ਸਿੰਘ ਲਿਖਿਆ ਗਿਆ। ਸਾਰਾ ਦਿਨ ਚਮਕੌਰ ਦੀ ਰਣਭੂਮੀ ਵਿੱਚ ਖੰਡਾ ਖੜਕਦਾ ਰਿਹਾ ਅਤੇ ਲਹੂ ਦੇ ਫੁਹਾਰੇ ਛੁੱਟਦੇ ਰਹੇ। ਗੁਰੂ ਜੀ ਅਟਾਰੀ ਵਿੱਚ ਬੈਠੇ ਜੰਗ ਦੀ ਕਮਾਨ ਕਰਦੇ ਰਹੇ ਅਤੇ ਵੈਰੀਆਂ ਨੂੰ ਤੀਰਾਂ ਨਾਲ ਵਿੰਨਦੇ ਰਹੇ।
ਚਮਕੌਰ ਦੀ ਜੰਗ 'ਚ ਮੁਹੱਬਤੀ ਵਰਤਾਰੇ ਦੀ ਮਿਸਾਲ ਸਮਝਣੀ ਹੋਵੇ ਤਾਂ ਨਿਰੰਜਨ ਸਿੰਘ ਸਾਥੀ ਇਸ ਮਿਸਾਲ ਦਾ ਜ਼ਿਕਰ ਕਰਦੇ ਨੇ ਕਿ ਖਾਲਸੇ ਦੀ ਸਿਰਜਣਾ ਤੋਂ ਬਾਅਦ ਪੰਥ ਦਾ ਪਹਿਲਾ ਗੁਰਮੱਥਾ ਚਮਕੌਰ ਦੀ ਜੰਗ 'ਚ ਪੇਸ਼ ਹੋਇਆ। ਭਾਈ ਦਿਆ ਸਿੰਘ ਕਹਿੰਦੇ ਕਿ ਪਾਤਸ਼ਾਹ ਉਹ ਬੇਨਤੀ ਹੈ ਕਿ ਤੁਸੀਂ ਗੜੀ ਛੱਡ ਜਾਵੋ। ਪਾਤਸ਼ਾਹ ਕਹਿੰਦੇ ਇਹ ਕਿਵੇਂ ਹੋ ਸਕਦਾ ਕਿ ਮੈਂ ਤੁਹਾਨੂੰ ਰਣ ਵਿੱਚ ਛੱਡ ਜਾਵਾਂ। ਭਾਈ ਦਿਆ ਸਿੰਘ ਕਹਿੰਦੇ ਕਿ ਪਾਤਸ਼ਾਹ ਉਹ ਆਪ ਦਾ ਫਰਮਾਨ ਹੈ ਕਿ ਪੰਜ ਸਿੰਘ ਕੋਈ ਗੁਰਮੱਤਾ ਸੋਧਣਗੇ ਤਾਂ ਉਹ ਗੁਰੂ ਨੂੰ ਵੀ ਮੰਨਣਾ ਪਵੇਗਾ। ਸੋ ਖਾਲਸਾ ਆਪ ਨੂੰ ਹੁਕਮ ਕਰਦਾ ਹੈ ਕਿ ਤੁਸੀਂ ਇਸ ਵੇਲੇ ਗੜੀ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਂ ਵੱਲ ਜਾਓ। ਖਾਲਸੇ ਦੀ ਸਾਜਨਾ ਵੇਲੇ ਦਸ਼ਮੇਸ਼ ਪਿਤਾ ਨੇ ਆਪੇ ਗੁਰਚੇਲਾ ਦਾ ਕੌਤਕ ਰਚਿਆ ਸੀ। ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ ਕੌਤਕ ਫਿਰ ਦੁਹਰਾਇਆ। ਭਾਈ ਸੰਗਤ ਸਿੰਘ ਭਾਈ ਸੰਗਤ ਸਿੰਘ ਨੂੰ ਥਾਪੜਾ ਦੇ ਗਲ ਨਾਲ ਲਾ ਫਰਮਾਇਆ ਕਿ ਸਿੰਘਾ ਗੜੀ ਵਿੱਚ ਮੇਰੇ ਤੋਂ ਬਾਅਦ ਤੂੰ ਜਥੇਦਾਰ ਹੋਵੇਂਗਾ, ਤੂੰ ਉੱਥੇ ਮੇਰੇ ਆਸਣ 'ਤੇ ਬੈਠ ਕੇ ਕਮਾਂਡ ਸਾਂਭੇਗਾ। ਭਾਈ ਸੰਗਤ ਸਿੰਘ ਨੂਰਪੁਰ ਬੇਦੀ ਨੇੜੇ ਪਿੰਡ ਕੱਟਾ ਸਭੌਰ ਦੇ ਵਾਸੀ ਸਨ। ਗੁਰੂ ਜੀ ਉਹਨਾਂ ਦੇ ਪਿੰਡ ਗਏ ਤਾਂ ਭਾਈ ਸੰਗਤ ਸਿੰਘ ਉਹਨਾਂ ਦੇ ਨਾਲ ਹੀ ਆ ਗਏ। ਬਾਬਾ ਸੰਗਤ ਸਿੰਘ ਜੀ ਉੱਥੇ ਨੇ। ਹੁਣ ਅਸੀਂ ਸਿੱਖ ਕੀ ਟਰੈਵਲ ਕਰਦਾ, ਇਹ ਬਿਰਤੀ ਹੋਈ ਆ ਸਿੱਖ ਦੀ, ਹੋਣੀ ਵੀ ਚਾਹੀਦੀ ਹੈ। ਸਿੱਖ ਗੁਰੂ ਦੇ ਨਾਲ ਹੀ ਤੁਰਦਾ, ਉਹ ਸਿੱਖ ਉੱਥੋਂ ਅੱਗੇ ਚਲਾ ਜਾਂਦਾ ਨਾਲ ਨਾਲ। ਉੱਥੇ ਬਾਬਾ ਸੰਗਤ ਸਿੰਘ ਜੀ ਹੈਗੇ ਨੇ ਹਜੇ, ਜਿਹਦੇ ਵਿੱਚ ਕਲਾ ਇੰਨੀ ਵਰਤਾਈ, ਮਹਾਰਾਜ ਨੇ ਆਪਦਾ ਅੰਸ਼ ਕੋਈ ਬਾਬਾ ਸੰਗਤ ਸਿੰਘ 'ਚ ਪਾਇਆ ਅਤੇ ਉਹ ਬਾਬਾ ਸੰਗਤ ਸਿੰਘ ਉੱਥੇ ਭੁਲੇਖਾ ਦੇ ਰਹੇ ਨੇ ਮੁਗਲਾਂ ਨੂੰ। ਸੱਚੇ ਪਾਤਸ਼ਾਹ ਦਾ, ਦਸਵੇਂ ਪਾਤਸ਼ਾਹ ਦਾ ਭੁਲੇਖਾ ਬਾਬਾ ਸੰਗਤ ਸਿੰਘ 'ਚੋਂ ਪੈ ਰਿਹਾ। ਜੇ ਹੁਣ ਕਿਸੇ ਸਿੱਖ 'ਚੋਂ ਭੁਲੇਖਾ ਪੈ ਰਿਹਾ ਦਸਵੇਂ ਪਾਤਸ਼ਾਹ ਦਾ, ਉਹਦਾ ਵਰਤਾਰਾ ਦਸਵੇਂ ਪਾਤਸ਼ਾਹ ਤੋਂ ਘੱਟ ਨਹੀਂ ਹੋਊਗਾ। ਸੋ ਬਾਬਾ ਸੰਗਤ ਸਿੰਘ ਅਤੇ 8 ਕੁ ਸਿੰਘ ਕਹਿੰਦੇ ਆ ਜਿਹੜੇ ਉਹਨਾਂ ਦੇ ਨਾਲ ਸੀ, ਉਹਨਾਂ ਨੇ ਜਿਹੜਾ ਉਦੋਂ ਬਾਅਦ ਉੱਥੇ ਵਰਤਾਰਾ ਵਾਪਰਿਆ, ਜਿਹੜੀ ਉਦੋਂ ਬਾਅਦ ਜੰਗ ਹੋਈ ਹੈ, ਹਾਲਾਂਕਿ ਉਹਦੇ ਬਾਰੇ ਹੋਰ ਇਤਿਹਾਸਕ ਤੌਰ 'ਤੇ ਹੈ ਨਾ ਕੁਛ ਲਿਖਿਆ ਜਾਵੇ, ਪੜ੍ਹਿਆ ਜਾਵੇ, ਸੁਣਿਆ ਜਾਵੇ, ਲੱਭਿਆ ਜਾਵੇ, ਉਹ ਬਹੁਤ ਤਕੜੀਆਂ ਚੀਜ਼ਾਂ ਨੇ। ਪਰ ਉਹ ਵਰਤਾਰਾ ਮੈਨੂੰ ਹਮੇਸ਼ਾ, ਮਤਲਬ ਤੁਸੀਂ ਕਹੋ ਵੀ ਇੱਕ ਮੇਰੇ ਅੰਦਰ ਇੱਕ ਜਗਿਆਸੂ ਭਾਵਨਾ ਜਗਾਉਂਦਾ ਰਹਿੰਦਾ ਸਦਾ ਵੀ ਬਾਬਾ ਸੰਗਤ ਸਿੰਘ ਜੀ ਅਤੇ ਨਾਲ ਜਿਹੜੇ 8 ਸਿੰਘ ਬਚੇ ਨੇ, ਉਹਨਾਂ 9 ਸਿੰਘਾਂ ਨੇ ਜਿਹੜੇ ਵਰਤਾਰੇ ਉੱਥੇ ਵਰਤਾਏ ਉਦੋਂ ਬਾਅਦ, ਅਤੇ ਜਿਵੇਂ ਉਹਨਾਂ ਨੇ ਟੱਕਰ ਲਈ, ਉਹ ਕਹਿੰਦੇ ਵੀ ਕਮਾਲ ਸੀ। ਉਹ ਇਹ ਦੰਦ ਕਥਾਵਾਂ 'ਚੋਂ ਹੀ ਨੇ ਸਾਖੀਆਂ ਵੀ ਇੱਕ ਇੱਕ ਕਰਕੇ ਨਿਕਲ ਰਹੇ ਨੇ ਸਿੰਘ ਅੰਦਰੋਂ। ਪਹਿਲਾਂ 5-5 ਦੇ ਜੱਥੇ ਨਿਕਲ ਰਹੇ ਸੀ, ਜਦੋਂ ਬਾਬਾ ਸੰਗਤ ਸਿੰਘ ਅੰਦਰ ਨੇ, ਉਦੋਂ ਬਾਅਦ ਇੱਕ ਇੱਕ ਸਿੱਖ ਬਾਹਰ ਨਿਕਲ ਰਿਹਾ, ਅਤੇ ਜਿਹੜੀ ਉਹ ਕਰਾਮਾਤ ਉੱਥੇ ਕਰ ਰਿਹਾ, ਅਤੇ ਉਹ ਮੁਗਲਾਂ ਨੂੰ ਹਜੇ ਆਈ ਹੈ ਵੀ ਦਸਵੇਂ ਪਾਤਸ਼ਾਹ ਅੰਦਰ ਬੈਠੇ ਨੇ, ਅਤੇ ਉਹ ਵਰਤਾਰਾ ਕਿਉਂਕਿ ਭੁਲੇਖਾ ਵੀ ਭਾਵੇਂ ਅਗਲੇ ਦਾ, ਉਹ ਭੁਲੇਖਾ ਵੀ ਉਹ ਆਏ ਤਾਂ ਨਹੀਂ ਨਾ ਵੀ ਉਹਨਾਂ ਨੂੰ ਭੁਲੇਖਾ, ਅਤੇ ਉਹ ਆਏ ਤਾਂ ਨਹੀਂ ਨਾ ਰਹਿਣ ਦੇਣਾ ਵੀ ਭਾਈ ਨਹੀਂ ਤੁਹਾਨੂੰ ਤਾਂ ਭੁਲੇਖਾ ਸੀ, ਇਹ ਕੋਈ ਭੁਲੇਖਾ ਨਹੀਂ। ਉਹਨਾਂ ਨੇ ਇਹੀ ਵਤੀਰਾ ਬਾਬਾ ਸੰਗਤ ਸਿੰਘ ਨੇ ਕੀਤਾ ਵੀ ਉਹਨਾਂ ਨੂੰ ਇਹੀ ਲੱਗਿਆ ਵੀ ਦਸਵੇਂ ਪਾਤਸ਼ਾਹ ਅੰਦਰ ਬੈਠੇ ਨੇ, ਅਤੇ ਉਹ ਜਿਹੜੇ 8 ਸਿੱਖ ਇੱਕ ਇੱਕ ਕਰਕੇ ਬਾਹਰ ਆਏ, ਉਹਨਾਂ ਨੇ ਜਿਹੜੀ ਉੱਥੇ ਤੇਗ ਵਾਹੀ, ਉਹਦੀ ਮਿਸਾਲ ਆਪਦੇ ਆਪ 'ਚ। ਫਿਰ ਜਦੋਂ ਬਾਬਾ ਸੰਗਤ ਸਿੰਘ ਬਾਹਰ ਆਉਂਦੇ ਆ, ਉਹ ਜਿਹੜੀ ਤੇਗ ਵਾਹੁੰਦੇ ਆ, ਉਹ ਤਾਂ ਵੱਖਰੀ ਗੱਲ, ਉਹਨਾਂ ਨੂੰ ਬਾਅਦ 'ਚ ਪਤਾ ਲੱਗਦਾ ਵੀ ਇਹ ਕੌਣ ਸੀ। ਉਹਨਾਂ ਚਿਰ ਜਿੰਨਾ ਚਿਰ ਬਾਬਾ ਸੰਗਤ ਸਿੰਘ ਉੱਥੇ ਜੂਝਦੇ ਰਹੇ ਮੁਗਲਾਂ ਨੂੰ, ਵਜ਼ੀਰ ਖਾਂ ਨੂੰ, ਸਾਰੇ ਕੋਈ ਜਿੰਨੇ ਉੱਥੇ ਵੱਡੇ ਉਹਨਾਂ ਦੇ ਸੈਨਾਪਤੀ ਸੀ, ਸਾਰਿਆਂ ਨੂੰ ਇਹ ਲੱਗਦਾ ਰਿਹਾ ਦਸਵੇਂ ਪਾਤਸ਼ਾਹ ਆਪ ਮੈਦਾਨ 'ਚ ਆ ਗਏ, ਅਤੇ ਉੱਥੇ ਉਹ ਡਰ ਡਰ ਕੇ ਭੱਜ ਰਹੇ ਨੇ ਮਹਾਰਾਜ ਆਪ ਮੈਦਾਨ 'ਚ ਆ ਗਏ, ਜਿਨ੍ਹਾਂ ਦੇ ਸਿੱਖ ਇਸ ਤਰੀਕੇ ਦਾ ਵਤੀਰਾ ਕਰ ਰਹੇ ਸੀ ਜੰਗ 'ਚ, ਇਸ ਤਰੀਕੇ ਜੰਗ ਲੜ ਰਹੇ ਸੀ। ਜਦੋਂ ਮਹਾਰਾਜ ਆਪ ਆ ਗਏ ਨੇ ਜੰਗ 'ਚ ਤਾਂ ਉਹ ਕੀ ਵਤੀਰਾ ਹੋਊ, ਉਹ ਬਾਬਾ ਸੰਗਤ ਸਿੰਘ ਨੇ ਕਰਕੇ ਦਿਖਾਇਆ। ਪੀਰ ਹਿੰਦ ਦਾ ਨਿਕਲ ਕੇ ਜਾ ਰਿਹਾ ਏ, ਤਾੜੀ ਮਾਰ ਲਲਕਾਰ ਲਲਕਾਰ ਤੁਰਿਆ, ਅੱਗੇ ਪਿਤਾ ਕੁਰਬਾਨੀ ਲਈ ਤੋਰਿਆ
ਵਿੱਚ ਹੁਣ ਪੁੱਤਰਾਂ ਦੀ ਜੋੜੀ ਨੂੰ ਵਾਰ ਤੁਰਿਆ ਅੱਜ ਹੁਣ ਪੁੱਤਰਾਂ ਦੀ ਜੋੜੀ ਨੂੰ ਵਾਰ ਤੁਰਿਆ।